काम करते हुए 5 साल ते किस तरह दा की करते हो तुसी इत्थे की करते हो तुसी डांस करते डांस ते एक कदों शुरू होया थोड़ी कंपनी है की एक कदों शुरू होया की करते हो तुसी किस तरह शुरू होया क्यों तुसी स्टार्ट किता शुरू तो हां जी तुसी किस तरह शुरू किता काम हां जी ਅਸੀਂ ਕੰਮ ਸ਼ੁਰੂ ਕਰਿਆ ਜਦੋਂ ਵੀ ਆਪਦੀ ਮੰਮੀ ਰੈਡੀ ਬਣਾਉਣਾ ਪਾਸਾ ਉੱਥੋਂ ਕਹਿੰਦਾ ਵੀ ਅਸੀਂ ਕੰਮ ਕਰਨਾ ਹੈ ਮੰਮੀ ਰੈਡੀ ਪਸੰਦ ਕੁਛ ਨਹੀਂ ਕੰਮ ਹਾਂ ਆਪਦੀ ਮਰਜ਼ੀ ਨਾਲ ਹੀ ਕੰਮ ਕਰ ਰਹੇ ਹਾਂ ਅੱਛਾ ਤਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਤੇ ਹੁਣ ਤੁਸੀਂ ਕਿੰਨੇ ਸਾਲਾਂ ਦੇ ਹੋ ਮੇਰੀ ਉਮਰ ਹੋ ਗਈ 20 ਸਾਲ ਅੱਛਾ ਤੇ ਤੁਸੀਂ 15 ਤੇ ਦਿੱਤਾ ਤੁਸੀਂ ਸ਼ੁਰੂ ਕਰ ਦਿੱਤਾ ਸੀ 15 ਸਾਲਾਂ ਦੀ ਉਮਰ ਚ ਆ ਗਿਆ ਸੀ ਅੱਛਾ ਤੇ ਫਿਰ ਬਠਿੰਡੇ ਦੇ ਵਿੱਚ ਰਹਿਣ ਲੱਗ ਗਏ ਤੁਸੀਂ ਇੱਥੋਂ ਦੇ ਹੋ ਨਹੀਂ ਮੈਂ ਬਠਿੰਡੇ ਰਹਿੰਦਾ ਬਠਿੰਡੇ ਦੇ ਤੇ ਇਹ ਪੂਰਾ ਟੱਬਰ ਇੱਥੋਂ ਦਾ ਹੀ ਹੈ ਬਠਿੰਡੇ ਦਾ ਬਠਿੰਡੇ ਦਾ ਤੇ ਫਿਰ ਕੀ ਹੁੰਦਾ ਹੈ ਮਤਲਬ ਤੁਸੀਂ ਕਿੰਨੇ ਲੋਕ ਹੋ ਕਿੰਨੇ ਜਾਣੇ ਹੋ ਉਸ ਵਿੱਚ ਯਾਰ ਤੁਹਾਡੀ ਗਰੁੱਪ ਹੁੰਦੇ ਨੇ ਮੈਡਮ ਹਾਂਜੀ ਇੱਕ ਪੰਗਲਾ ਗਰੁੱਪ ਹੁੰਦਾ ਸੱਭਿਆਚਾਰਕ ਕੀ ਹੁੰਦਾ ਹੈ ਸੱਭਿਆਚਾਰਕ ਗਰੁੱਪ ਹੁੰਦਾ ਇੱਕ ਹਾਂਜੀ ਇਹਦੇ ਵਿੱਚ 5 ਮੁੰਡੇ ਤੇ 4 ਕੁੜੀਆਂ ਲੱਗਦੀਆਂ ਨੇ ਅੱਛਾ ਤੇ ਇਕੱਲੀਆਂ 3 ਕੁੜੀਆਂ ਹੁੰਦੀਆਂ ਨੇ ਇੱਕ 4 ਕੁੜੀਆਂ ਹੁੰਦੀਆਂ ਨੇ ਬਾਕੀ ਅਗਲੇ ਉਹਦੀ ਡਿਮਾਂਡ ਹੁੰਦੀ ਆ ਕਿੰਨੇ ਵੀ ਕੁੜੀਆਂ ਲਗਾ ਸਕਦਾ ਤੇ ਸ਼ਾਦੀਆਂ ਤੇ ਕਰਦੇ ਹੋ ਡਾਂਸ ਹੋਰ ਕਿੱਥੇ ਸਿਰਫ ਡਾਂਸ ਹੀ ਕਰਦੇ ਹੋ ਕਿ ਹੋਰ ਕਾਰਜਕ੍ਰਮ ਵੀ ਕਰਦੇ ਹੋ ਜੋਗੋ ਕੱਢਣੀ ਅੱਛਾ ਜਾਗੋ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਅੱਛਾ ਜੀ ਤੇ ਹੋਰ ਹੋਰ ਦੱਸੋ ਇਹਦੇ ਬਾਰੇ ਵਿੱਚ ਕਿ ਕੁਝ ਪ੍ਰੋਬਲਮ ਹੁੰਦੀ ਹੈ ਜਾਂ ਕੀ ਹੁੰਦਾ ਹੈ ਪ੍ਰੋਬਲਮ ਤਾਂ ਇਹੀ ਹੁੰਦੀ ਹੈ ਜਿਹੜਾ ਸਟੇਜ ਤੇ ਆ ਕੇ ਮਾੜਾ ਮੋਟਾ ਬਸ ਖਾਦ ਪੇ ਖਾ ਕੇ ਪੀ ਕੇ ਅਗਲਾ ਕਰਨ ਲੱਗ ਜਾਂਦਾ ਉਹੀ ਪ੍ਰੋਬਲਮ ਹੁੰਦੀ ਹੈ ਤੇ ਜਦੋਂ ਉਹ ਹੁੰਦਾ ਤਾਂ ਫਿਰ ਤੁਸੀਂ ਕੀ ਕਰਦੇ ਹੋ ਵਧੀਆ ਪ੍ਰੋਗਰਾਮ ਚੱਲੀ ਜਾਂਦਾ ਰਹਿੰਦਾ ਇਹਦਾ ਕੋਈ ਬੜਾ ਜ਼ਿਆਦਾ ਟੋਨ ਹੋ ਜਾਂਦਾ ਉਹੀ ਤੰਗ ਕਰਦਾ ਹੈਗਾ ਉਹਦਾ ਵੀ ਕਰਦਾ ਰਹੀਗਾ ਅੱਛਾ ਤੇ ਸਾਰੀ ਸ਼ਾਦੀਆਂ ਵਿੱਚ ਤੁਸੀਂ ਆਉਂਦੇ ਹੋ ਮਤਲਬ 1 ਮਹੀਨੇ ਵਿੱਚ ਕਿੰਨੀ ਸ਼ਾਦੀਆਂ ਵਿੱਚ ਆਉਂਦੇ ਹੋ ਪੂਰੇ ਬਠਿੰਡੇ ਦੇ ਵਿੱਚ ਜੀ ਘੱਟੋ ਘੱਟ ਵੀ 100 ਗਰੁੱਪ ਹੋਊਗਾ 100 ਦੇ ਵਿੱਚ ਹੁਣ ਕੀ ਤਾਂ ਕੌਣ ਕੌਣ ਜਾਂਦਾ ਕਿੱਥੇ ਅੱਜ ਡੇਟ ਇੰਨੀ ਹੈਵੀ ਆ ਵੀ ਕਦੇ ਘੱਟੋ ਘੱਟ 200 ਕੁੜੀ ਗਈ ਹੋ ਬਠਿੰਡੇ ਦੇ ਵਿੱਚੋਂ ਅੱਛਾ ਤੇ ਫਿਰ ਇੱਕ ਕਿੱਥੋਂ ਦੀ ਹੈ ਕੁੜੀਆਂ ਇੱਥੋਂ ਬਠਿੰਡਾ ਦੇ ਬਠਿੰਡਾ ਜੀ ਅੱਛਾ ਤੇ ਫਿਰ ਕੰਪਨੀ ਦਾ ਨਾਂ ਕੀ ਹੈਗਾ ਇਹ ਗਰੁੱਪ ਦਾ ਹਾਂਜੀ ਗਰੁੱਪ ਦਾ ਚਮਕੌਰ ਹੀਰਾ ਮਿਊਜ਼ਿਕਲ ਗਰੁੱਪ ਠੀਕ ਫਿਰ ਸੇ ਚਮਕੌਰ ਹੀਰਾ ਵੀਰੇ ਗਰੁੱਪ ਮੈਨਾ ਚੌਂਕ ਬਠਿੰਡਾ ਅੱਛਾ ਜੀ ਮੈਂ ਫਿਰ ਉਹਨਾਂ ਨਾਲ ਗੱਲ ਕਰਦੀ ਹਾਂ ਠੀਕ ਹੈ ਥੈਂਕ ਯੂ